Good morning, grade plus two. I hope you all are well and fit and fine at your home. Class, ਅਸੀਂ ਤੁਹਾਡੀ ਪਾਠ ਪੁਸਤਕ ਕਾਵਿ ਯਾਤਰਾ ਵਿੱਚੋਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੀ ਪ੍ਰਸੰਗ ਰਚਨਾ ਪ੍ਰਸੰਗ ਸਾਹਿਤ ਵਿਆਖਿਆ ਕਰ ਰਹੇ ਹਾਂ। ਅੱਜ ਸੋ ਅਸੀਂ ਉਹਨਾਂ ਦੀ ਕਵਿਤਾ ਤਾਜ ਮਹਿਲ ਦੀ ਤੀਜੇ ਪੈਰੇ ਦੀ ਵਿਆਖਿਆ ਕਰਾਂਗੇ। ਬੱਚੇ ਇਹਦੇ ਵਿੱਚ ਮੈਂ ਤੁਹਾਨੂੰ ਪ੍ਰਸੰਗ ਸਾਹਿਤ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬੱਚੇ ਕਿ ਪ੍ਰਸੰਗ ਸਾਹਿਤ ਜਿਹੜਾ ਹੈਗਾ ਆ ਪ੍ਰਸੰਗ ਉਹ ਸੇਮ ਹੀ ਰਹੇਗਾ। ਇੱਕ ਵਾਰ ਮੈਂ ਤੁਹਾਨੂੰ ਰਿਪੀਟ ਫੇਰ ਕਰ ਦਿੰਦੀ ਹਾਂ। ਇਹ ਕਾਵਿ ਸਤਰਾ ਕਾਵਿ ਯਾਤਰਾ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਤਾਜ ਮਹਿਲ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਤਾਜ ਮਹਿਲ ਦੀ ਅਦਭੁਤ ਸੁੰਦਰਤਾ ਦੇ ਨਾਲ ਨਾਲ ਉਸਦੀ ਇਸਾਰੀ ਕਰਨ ਵਾਲੇ ਮਜ਼ਦੂਰਾਂ ਦੀ ਬੇਬਸੀ ਅਤੇ ਉਹਨਾਂ ਦੀ ਦਰਦਨਾਕ ਹਾਲਤ ਨੂੰ ਵੀ ਪੇਸ਼ ਕੀਤਾ ਹੈ, ਜਿਸ ਨਾਲ ਤਾਜ ਮਹਿਲ ਦੀ ਸੁੰਦਰਤਾ ਦੀ ਚਮਕ ਫਿੱਕੀ ਜਾਪਦੀ ਹੈ। ਬੱਚੇ ਕਵੀ ਜਿਹੜਾ ਹੈ ਆਪਣੀ ਸੁਚੇਤ ਮਾਨਸਿਕ ਸਥਿਤੀ ਨੂੰ ਬਿਆਨ ਕਰਦਾ ਹੈ ਤੇ ਤਾਜ ਮਹਿਲ ਦੀ ਸੁੰਦਰਤਾ ਨੂੰ ਮਾਣ ਕਹਿ ਰਿਹਾ ਹੈ ਕਿ ਸੁੰਦਰਤਾ ਹੈ ਤੇ ਮਾਣ ਵਾਲੀ ਗੱਲ ਹੈ। ਮੁਗਲਾਂ ਦੇ ਹੁਨਰ ਦੀ ਤਾਰੀਫ ਵੀ ਇਹਦੇ ਨਾਲ ਕਰਦਾ ਹੈ, ਪਰ ਜਿਹੜਾ ਉਹਦੇ ਬਣਾਉਣ ਪੁੱਛੇ ਮਜ਼ਦੂਰਾਂ ਦੇ ਉੱਤੇ ਹੋਏ ਜ਼ੁਲਮ ਉਹਨੂੰ ਵੀ ਉਹ ਅਣਗੋਲਿਆ ਨਹੀਂ ਕਰਦਾ। ਹਾਂਜੀ ਬੱਚੇ, ਇਹਦੀ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ, ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਿਰਾਗਾਂ। ਇਹਦੇ ਵਿੱਚ ਕਵੀ ਲਿਖਦਾ ਹੈ ਕਿ ਉਹ ਜਿਹੜਾ ਤਾਜ ਮਹਿਲ ਹੈ ਉਹਦੀ ਸੁੰਦਰਤਾ ਨੂੰ ਉਹ ਮਾਣਦਾ ਹੈ, ਉਸਨੂੰ ਇੰਜ ਜਾਪਦਾ ਹੈ ਜਿਵੇਂ ਕਿ ਸਾਰਾ ਚੁਗਿਰਦਾ ਸੁੱਤਾ ਪਿਆ ਹੈ ਤੇ ਉਹ ਇਕੱਲਾ ਹੀ ਜਿਹੜਾ ਜਾਗ ਰਿਹਾ ਹੋਵੇ। ਭਾਵ ਉਸ ਵਿੱਚ ਕਵੀ ਜਾਂ ਸੂਝਵਾਨ ਮਨੁੱਖ ਵਾਲੀ ਚੇਤਨਤਾ ਜਾਗ ਪਈ ਸੀ। ਗੁਬੰਧ ਦੀਆਂ ਗੁਬਾਰਾਂ ਉੱਤੇ ਮਸਤਾਈਆਂ ਅਲਸਾਈਆਂ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ, ਸਹਿਜ ਸਵਾਦ ਤ੍ਰਿਹਾਈਆਂ ਤੱਕ ਤੱਕ ਕਸਬ ਹੁਨਰ ਮੁਗਲਾਂ ਦਾ, ਹੈਰਤ ਵਧਦੀ ਜਾਵੇ ਸ਼ਾਹਜਹਾਨ ਦੇ ਸਹਿਜ ਸੁਭਾਅ ਨੂੰ ਲੂਲੂ ਪਿਆ ਸਹਲਾਵੇ। ਇਹਦੇ ਵਿੱਚ ਕਵੀ ਕਹਿੰਦਾ ਹੈ ਉਹ ਤਾਜ ਮਹਿਲ ਨੂੰ ਬਾਹਰੀ ਤੌਰ ਤੇ ਨਹੀਂ ਵਾਚ ਰਿਹਾ, ਮੀਨਸ ਦੇਖ ਰਿਹਾ, ਬਲਕਿ ਇਸ ਨੂੰ ਬਣਾਉਣ ਵਾਲੇ ਮਜ਼ਦੂਰਾਂ ਦੀਆਂ ਮਜ਼ਦੂਰੀਆਂ ਦੀ ਉਸ ਨੂੰ ਨਜ਼ਰ ਆਉਣ ਲੱਗ ਪਈਆਂ। ਕਵੀ ਕਹਿੰਦਾ ਹੈ ਤਾਜ ਮਹਿਲ ਦੇ ਗੁਬੰਧ ਮੀਨਸ ਉੱਪਰ ਗੁਬੰਧ ਨਹੀਂ ਲੱਗੇ ਹੁੰਦੇ, ਜਿਹੜਾ ਗੁਰਦੁਆਰੇ ਦਾ ਵੱਡਾ ਗੁਬੰਧ ਜਿਹਾ ਹੁੰਦਾ ਗੋਲ ਜਿਹਾ, ਠੀਕ ਹੈ ਨਾ, ਗੁਬੰਧ ਦੇ ਉਭਾਰ ਉੱਤੇ ਉਸ ਦੀਆਂ ਨਜ਼ਰਾਂ ਮਸਤਾਨੀਆਂ ਹੋ ਕੇ ਫਿਰਦੀਆਂ। ਤੇ ਉਸ ਨੇ ਵੀ ਇਸ ਦੀ ਸੁੰਦਰਤਾ ਨੂੰ ਸਹਿਜ ਸਵਾਦ ਨਾਲ ਮਾਣਿਆ ਹੈ। ਉਹ ਮੁਗਲ ਬਾਦਸ਼ਾਹ ਦੇ ਹੁਨਰ ਕਲਾ ਅਤੇ ਸ਼ੌਂਕ ਵੱਲ ਵੇਖ ਵੇਖ ਕੇ ਹੈਰਾਨ ਹੋ ਰਿਹਾ ਸੀ ਤੇ ਸ਼ਾਹਜਹਾਨ ਦੀ ਰੀਝ ਨੂੰ ਸਹਲਾਉਂਦਾ ਵੀ ਸੀ ਕਿ ਉਹਨਾਂ ਦੀ ਜਿਹੜੀ ਤਮੰਨਾ ਸੀ ਉਹਦੀ ਤਾਰੀਫ ਵੀ ਕਰਦਾ ਸੀ ਤੇ ਉਸਦੀ ਖੂਬਸੂਰਤੀ ਦਾ ਆਨੰਦ ਵੀ ਮਾਣ ਰਿਹਾ ਸੀ ਕਿ ਜੋ ਸ਼ਾਹਜਹਾਨ ਨੇ ਇਹ ਚੀਜ਼ ਇਹ ਸੁਪਨਾ ਦੇਖਿਆ ਸੀ ਉਸਨੇ ਪੂਰਾ ਕੀਤਾ ਤੇ ਉਹ ਉਸਦੀ ਪ੍ਰਸੰਸਾ ਕਰ ਰਿਹਾ ਸੀ। ਠੀਕ ਹੈ ਬੱਚੇ, ਨੈਕਸਟ ਹੁਣ ਅਸੀਂ ਕਰਾਂਗੇ ਇਹਦਾ ਅਗਲਾ ਪੈਰਾ। ਬੱਚੇ ਇਸ ਅਗਲੇ ਪੈਰੇ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਕਿ ਇਸ ਪੈਰੇ ਦੇ ਵਿੱਚ ਬੱਚੇ ਜੋ ਕਿ ਹੈ ਪ੍ਰਸੰਗ ਜਿਹੜਾ ਹੈ ਸੇਮ ਹੀ ਰਹੇਗਾ, ਠੀਕ ਹੈ ਨਾ। ਹੁਣ ਪ੍ਰਸੰਗ ਦੀ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਨੂੰ ਪ੍ਰੋਬਲਮ ਹੋਏਗੀ, ਪ੍ਰਸੰਗ ਸੇਮ ਹੀ ਰਹੇਗਾ, ਸਿਰਫ ਅਸੀਂ ਇਹਦੀ ਵਿਆਖਿਆ ਕਰਾਂਗੇ। ਠੀਕ ਹੈ ਬੱਚੇ, ਵਿਆਖਿਆ ਦੇ ਵਿੱਚ ਸਭ ਤੋਂ ਪਹਿਲਾਂ ਉਹ ਲਿਖਦਾ ਹੈ
एने नू गुबंद दा अंडा टोटे टोटे होया। कवि इहदे च दसदा है कि उसने देखिया ताजमहल दे गुबंद उत्ते, गुबंद जिहड़ा ना उहदे उत्ते एक पंछी दा अंडा डिग गया, डिग के टोटे टोटे हो गया, कोई अंडा डिग के टोटे टोटे हो गया। चीकां कूकां ते फरियादां जा अंबर नू छोहिया, पंछियां दा चीक चिहाड़ा पै गया। हड़ मजदूरनिया दा वगिया विच मजूर हजारा, विच मजूर हजारा। बच्चे इहदे विच उह दस रहे ने कि जदों उन्होंने पंछियों ने देखिया कि उन्होंने एक आंडा गुबंद दे उत्ते डिग्गे टुट गया, डुले हुए आंडे नू उसनू इंज जापिया कि जिवें लखां मजदूर मजदूरनिया दा हड़ आ गया होवे, ते चीकां कूकां ते फरियादां इन्हां मजदूरां दीआं ही हन। चुक कहिया दुरमट ते तेसे बजे विच वगारा। एदे विच कहंदे ने कि जो लखां मजदूरां दा इत्थे हड़ आया है, ये मजदूर हाथ विच तेसे दुरमट कहिया आदि चुक के अपनी मेहनत वल जुट गए हैं। दुदियां नाल पलम दे बच्चे कम्मी बुजियां रुजियां मावां, अखां दे विच छणकण अथरू हिक्कां दे विच आहां। इहदे विच कहिंदा है कि जदों मजदूर अपनी मजदूरी विच जुट गए हैं, ये मजदूरां दे हाथ विच तेसे कईयां वगैरा चुके उन्होंने मेहनत करनी शुरू कर दी, कवि दा मन उस वेले होर भी उपमान हो जांदा है जदों उसनू अजिहियां मावां काम करदियां नजर आउंदियां हन जिन्हां दे छोटे छोटे बच्चे हन, ते ओह उन्हां बच्चियां नू वक्त नाल दुध नहीं पिला सकदियां, पर उन्हां मावां दीआं अखां विचों अथरू आउंदे हन। छोटे छोटे बच्चियां नू रोंदियां विलकदियां वेख के उन्हां दीआं हिक्कां चो होंके निकलदे हन, हिक विच हिक्कां दे विच आहां मीन छोटे बच्चियां नू रोंदे देख के उन्हां दे अंदरों भी अथरू आउंदे हन। ठीक है जी, ਇਹ ਜਿਹੜੀ ਹੈ ਬੱਚੇ ਦੋ ਪੈਰਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਹੈ, ਤੁਸੀਂ ਇਸ ਨੂੰ ਆਪਣੇ ਬੱਚੇ ਕਾਪੀ 'ਤੇ ਨੋਟ ਡਾਊਨ ਕਰਨਾ ਹੈ। ਥੈਂਕ ਯੂ, ਹੈਵ ਏ ਨਾਈਸ ਡੇ।